ਹਾਂਜੀ ਭਾਅ ਜੀ, ਪੁੱਛੋ ਇਹਨਾਂ ਨੂੰ ਕੀ ਇਹਦੀਆਂ ਨੇ ਖੂਬੀਆਂ। ਹਾਂਜੀ ਸਰ, ਇਸ ਨਵੇਂ ਮਾਡਲ 'ਚ ਕੀ ਖੂਬੀਆਂ ਨੇ ਇਸਦੀਆਂ? ਖੂਬੀਆਂ ਸਰ, ਸਾਰੀ ਖੂਬੀਆਂ ਨੇ, ਟੋਟਲੀ ਚੇਂਜ ਪਲੈਟਫਾਰਮ ਹੈਗਾ ਗੱਡੀ ਦਾ। 99 mm ਦੀ ਗੱਡੀ ਦੀ ਲੈਂਥ ਵਧਾਈ ਹੈ, ਵਿੜਥ 40 mm ਦੀ ਵਧਾਈ ਹੈ, ਅਤੇ ਜਿਹੜੀ ਹਾਈਟ ਆ ਉਹ 5 mm ਦੀ ਹਾਈਟ ਵਧਾਈ ਹੈ। ਜਿੱਦਾਂ ਤੁਸੀਂ ਹੁਣ ਪੰਜਾਬ ਦੇ ਵਿੱਚ ਟਰਬਨ ਆਲਮੋਸਟ ਬਣਦੇ, ਤੁਸੀਂ ਗੱਡੀ ਦੇ ਵਿੱਚ ਬੈਠ ਕੇ ਦੇਖੋ, ਕਾਫੀ ਹੈਡਰੂਮ ਦਾ ਸਪੇਸ। ਹੁਣ ਸਰ ਬੈਠੇ ਆ, ਹੈਡਰੂਮ ਦਾ ਸਪੇਸ ਕਿੱਦਾਂ ਦਾ ਲੱਗ ਰਿਹਾ ਸਰ ਤੁਹਾਨੂੰ? ਹੈਡਰੂਮ ਦਾ ਸਪੇਸ ਵਧੀਆ ਸਰ, ਰੇਅਰ ਦੇ ਵਿੱਚ ਵੀ ਕਾਫੀ ਅੱਛਾ ਸਪੇਸ ਹੈਗਾ, ਥਰਡ ਰੋ ਦੇ, ਈਵਨ ਥਰਡ ਰੋ ਦੇ ਵਿੱਚ ਵਧੀਆ ਸਪੇਸ। ਆ ਜਾਓ ਸਰ, ਆ ਜਾਓ। ਬਾਬੂ ਜੀ, ਕੀਮਤ ਕੀ ਦੱਸਦੀ? ਇਹਦੀ ਕੀਮਤ 100 rupees 10,90,000 ਰੁਪਏ, ਔਨ ਰੋਡ 11,80,000 ਰੁਪਏ ਦੀ ਪੈਂਦੀ ਹੈ। ਔਨ ਰੋਡ 11,80,000 ਰੁਪਏ? ਜੀ ਸਰ। ਗਾੜੀ ਕੇ ਯੇ ਫੋਲੋ ਮੀ ਹੋਮ ਐਂਡ ਲੀਡ ਮੀ ਟੂ ਵਹੀਕਲ, ਇਹ ਦੋਨੋਂ ਫੀਚਰਸ ਕੇ ਵਿੱਚ ਮੇ ਹੈ। ਅਬ ਜੋ ਗਾੜੀ ਕਾ ਯੇ ਚੀਜ਼ ਹੈ, ਜੋ ਫੋਲੋ ਮੀ ਹੋਮ ਹੈ, ਜਬ ਵੀ ਗਾੜੀ ਅਭੀ ਪਾਰਕ ਕਰਤੇ ਹੋ, ਠੀਕ ਹੈ, ਆਪਕਾ ਪਾਰਕਿੰਗ ਸਪੇਸ ਮੇ ਅੰਧੇਰਾ ਹੈ, ਕੁਛ ਰਾਸਤਾ ਮਿਲ ਰਹਾ, ਆਪਨੇ ਉਸੇ ਪੋਰਟ ਮੇ ਸੈਟਿੰਗ ਕਰਨੀ ਹੈ ਇਸਕੀ, ਐਂਡ ਦੈਨ ਗਾੜੀ ਆਪ ਜਿਸ ਲੌਕ ਕਰੋਗੇ, ਸੋ ਗਾੜੀ ਆਪਣੀ ਲਾਈਟ ਔਨ ਕਰ ਦੇ 30 seconds। ਅੱਛਾ, ਤੋ ਲਾਈਟ ਜਦੋਂ ਘਰ ਕੇ ਅੰਦਰ ਪਹੁੰਚੇ, ਲਾਈਟ ਆਪਣੀ ਔਨ ਆਫ ਹੋ ਜਾਏਗੀ। ਸੇਮ ਜੇ ਫੋਲੋ ਮੇ ਲੀਡ ਮੀ ਵਹੀਕਲ, ਜਬ ਗਾੜੀ ਘਰ ਸੇ ਬਾਹਰ ਨਿਕਲੇ, ਗਾੜੀ ਵੀ ਅੰਧੇਰਾ ਹੋਗਾ, ਅਨਲੌਕ ਕਰੀ ਗਾੜੀ, ਤੋ ਭਾਈ ਆਪਕਾ ਵੀ ਲਾਈਟ 30 seconds ਨਿਕਲ ਫਿਰ ਹੋਣਾ, ਤੋ ਰਾਸਤਾ ਆਪਕੋ ਦਿੱਤਾ ਰਹੇ ਲੇਡੀ ਸਾਹਿਬ, ਸੈਨ ਸਭ ਉਹ ਆਰ ਵੀ ਵਿਦ ਟਰਨ ਇੰਡੀਕੇਟਰ ਇਹਨੇ ਸੈਂਟਰ ਸਮਾਰਟ ਕੇ ਸੈਂਟਰ ਗਾੜੀ ਕੁਛ ਮਿਲੇਗਾ ਆਪਕੋ ਪਲੀਜ਼ ਗਾੜੀ ਨੇ ਬੈਠੇ ਸਰ। ਸਰ ਫਸਟ ਥਿੰਗ, ਗਾੜੀ ਕਿੰਨੇ ਜੋ ਆਤੀ ਹੈ, ਫਸਟ ਥਿੰਗ ਆਪਣੇ ਅਕੋਰਡਿੰਗ ਸੀਟ ਕੋ ਹਾਈਟ ਪਲੇਸ ਕਰਨੀ। ਹੈਲੋ, ਇਸਕੀ ਕੀਮਤ ਕੀ ਹੈ ਜੀ? ਗੁੱਡ ਮਾਰਨਿੰਗ ਸਰ, ਜੋ ਆਪ ਟੋਮੈਟੋ ਦੇਖ ਰਹੇ ਜੀ, ਇਸਕੀ ਕੀਮਤ ਆਪ ਬਤਾਏ ਥੇ, ਰੁਕੋ ਜੀ, ਆਪਕੋ ਮਿਲ ਰਹਾ ਹੈ 9,15,382 rupees ਕਾ ਸ਼ੋਰੂਮ ਪ੍ਰਾਈਸ ਵਿਦ ਵਾਰੰਟੀ। ਔਨ ਰੋਡ ਕਿਆ ਹੈ? ਔਨ ਰੋਡ ਪ੍ਰਾਈਸ ਜੋ ਚੰਡੀਗੜ੍ਹ ਮੇਂ ਰਹਤਾ ਹੈ ਸਰ, ਵਿਦਾਊਟ ਆਰ ਸੀ ਹਮ ਦੇਤੇ ਗਾੜੀ 9,71,000 ਕੀ। 9,71,000 ਰੁਪਏ? ਹਾਂਜੀ। ਇਸਮੇ ਆਪਕੀ ਇੰਸ਼ੋਰੈਂਸ ਇੰਕਲੂਡ ਹੈ, ਗਾੜੀ ਕੀ ਬੇਸਿਕ ਕਿੱਟ ਐਡ ਹੋ ਜਾਏਗੀ ਇਸਕੇ ਵਿੱਚ ਮੇਂ, ਗਾੜੀ ਕੇ ਵਿੱਚ ਮੇਂ ਜੋ ਇੰਸ਼ੋਰੈਂਸ ਕੇ ਵਿੱਚ ਮੇਂ ਰਿਟਰਨ ਟੂ ਇਨਵੋਇਸ ਐਂਡ ਇੰਜਨ ਪ੍ਰੋਡਕਸ਼ਨ ਆਪਕੀ ਇੰਕਲੂਡਡ ਹੈ ਇਸਕੇ ਵਿੱਚ ਮੇਂ। ਮੈਂ ਬੋਲ ਸਕਦਾ ਹੂੰ, ਠੀਕ ਹੈ,